ਦਵਿੰਦਰ ਪਾਲ ਸਿੰਘ ਭੁੱਲਰ ਤੇ ਆਪ ਦਾ ਦਾਵਾ ਕਿਹਾ। ਦਿੱਲੀ ਦੇ ਮੰਤਰੀ ਨੇ ਭੁੱਲਰ ਦੀ ਰਿਹਾਈ ਦੀ ਕੀਤੀ ਸੀ ਮੰਗ, ਪਰ ਸਜ਼ਾ ਸਮੀਖਿਆ ਬੋਰਡ ਦੇ ਵਿੱਚ ਸ਼ਾਮਲ ਬੀਜੇਪੀ ਦੇ 6 ਮੈਂਬਰਾਂ ਨੇ ਰਿਹਾਈ ਦਾ ਕੀਤਾ ਵਿਰੋਧ। ਅਕਾਲੀ ਦਲ ਤੇ ਵੀ ਭੁੱਲਰ ਮਾਮਲੇ ਦੇ ਵਿੱਚ ਸਿਆਸਤ ਕਰਨ ਦੇ ਲਾਏ ਇਲਜ਼ਾਮ। ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾ ਹੋਣ ਤੇ ਅਕਾਲੀ ਦਲ ਦਾ ਆਮ ਆਦਮੀ ਪਾਰਟੀ ਤੇ ਨਿਸ਼ਾਨਾ, ਕਿਹਾ ਭੁੱਲਰ ਦੀ ਰਿਹਾਈ ਨਾ ਹੋਣ ਦੇ ਪਿੱਛੇ ਕੇਜਰੀਵਾਲ ਸਿੱਧੇ ਤੌਰ ਤੇ ਜ਼ਿੰਮੇਵਾਰ। ਪੰਜਾਬ ਕਾਂਗਰਸ ਦੇ ਵਿੱਚ ਵਧਿਆ ਕਲੇਸ਼, ਨਵਜੋਤ ਸਿੱਧੂ ਦੀਆਂ ਵੱਖਰੀਆਂ ਰੈਲੀਆਂ ਤੇ ਭੜਕੇ ਰਾਜਾ ਵੜਿੰਗ, ਬੋਲੇ ਜਿਹੜਾ ਗਲਤੀ ਕਰ ਰਿਹਾ ਉਸ ਨੂੰ ਨੋਟਿਸ ਨਹੀਂ, ਪਾਰਟੀ ਚੋਂ ਕੱਢ ਕੇ ਮਾਰਾਂਗੇ ਬਾਹਰ। ਆਪਣਿਆਂ ਨਾਲ ਵਿਵਾਦ ਦੇ ਵਿਚਾਲੇ ਕੱਲ੍ਹ ਕਰਤਾਰਪੁਰ ਸਾਹਿਬ ਜਾਣਗੇ ਨਵਜੋਤ ਸਿੰਘ ਸਿੱਧੂ, ਬਾਬੇ ਨਾਨਕ ਦੇ ਦਰ ਤੇ ਟੇਕਣਗੇ ਮੱਥਾ, ਸਰਬੱਤ ਦੇ ਭਲੇ ਦੀ ਕਰਨਗੇ ਅਰਦਾਸ। ਅਸਮ 'ਚ ਭਾਰਤ ਜੋੜੋ ਨਿਆਂ ਯਾਤਰਾ ਦੇ ਵਿੱਚ ਜ਼ਬਰਦਸਤ ਹੰਗਾਮਾ, ਪੁਲਿਸ ਦੇ ਨਾਲ ਭਿੜੇ ਕਾਂਗਰਸ ਵਰਕਰ, ਅਸਮ ਦੇ ਸੀਐਮ ਨੇ ਰਾਹੁਲ ਦੇ ਖਿਲਾਫ FIR ਦਰਜ ਕਰਨ ਦੇ ਦਿੱਤੇ ਨਿਰਦੇਸ਼, ਤਾਂ ਰਾਹੁਲ ਗਾਂਧੀ ਬੋਲੇ ਬੀਜੇਪੀ ਕੁਝ ਵੀ ਕਰ ਲਵੇ ਅਸੀਂ ਡਰਨ ਵਾਲੇ ਨਹੀਂ। IG ਸੁਖਚੈਨ ਸਿੰਘ ਗਿੱਲ ਨੇ ਪੰਜਾਬ ਪੁਲਿਸ ਦੀ ਵੀਕਲੀ ਰਿਪੋਰਟ ਕੀਤੀ ਪੇਸ਼, ਕਿਹਾ ਇੱਕ ਹਫ਼ਤੇ ਦੇ ਵਿੱਚ 19 ਕਿੱਲੋ ਤੋਂ ਵੱਧ ਹੈਰੋਇਨ ਕੀਤੀ ਜ਼ਬਤ, 263 ਮੁਲਜ਼ਮਾਂ ਦੀ 111 ਕਰੋੜ ਦੀ ਪ੍ਰਾਪਰਟੀ ਵੀ ਕੀਤੀ ਫਰੀਜ਼। ਕੈਨੇਡਾ ਜਾਣ ਵਾਲੇ ਸਟੂਡੈਂਟਸ ਨੂੰ ਡਬਲ ਝਟਕਾ, ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਦੇ ਵਿੱਚ 2 ਸਾਲ ਦੀ ਕੀਤੀ 35% ਕਟੌਤੀ, ਨਿੱਜੀ ਅਦਾਰਿਆਂ ਤੋਂ ਗ੍ਰੈਜੂਏਟ ਸਟੂਡੈਂਟਸ ਨੂੰ ਨਹੀਂ ਮਿਲੇਗਾ ਵਰਕ ਪਰਮਿਟ। ਆਮ ਭਗਤਾਂ ਦੇ ਲਈ ਖੁੱਲ੍ਹਿਆ ਰਾਮ ਲੱਲਾ ਦਾ ਦਰਬਾਰ, ਪਹਿਲੇ ਦਿਨ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਯੋਧਿਆ ਪਹੁੰਚੇ ਸ਼ਰਧਾਲੂ, ਜ਼ਬਰਦਸਤ ਭੀੜ ਨੂੰ ਕੰਟਰੋਲ ਕਰਨ ਦੇ ਵਿੱਚ ਪੁਲਿਸ ਨੂੰ ਪੇਸ਼ ਆਈ ਵੱਡੀ ਚੁਣੌਤੀ। ਸ਼ਾਮ ਨੂੰ ਸਾਢੇ ਸੱਤ ਵਜੇ ਤੱਕ ਹੈ ਦਰਸ਼ਨ ਕਰਨ ਦਾ ਸਮਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਿਊਜ਼18 ਪੰਜਾਬ ਹਰਿਆਣਾ, ਮੈਂ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਸੱਤ ਵਾਲੀਆਂ ਖਬਰਾਂ ਦੇ ਵਿੱਚ ਸਵਾਗਤ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਦਵਿੰਦਰਪਾਲ ਭੁੱਲਰ ਵਾਲੇ ਮੁੱਦੇ ਦੀ। ਭੁੱਲਰ ਦੀ ਸਜ਼ਾ ਮਾਫੀ ਨਾ ਹੋਣ ਤੇ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਮੰਤਰੀ ਕੈਲਾਸ਼ ਗਹਿਲੋਤ ਨੇ ਭੁੱਲਰ ਦੀ ਰਿਹਾਈ ਦੀ ਮੰਗ ਕੀਤੀ, ਪਰ ਬੀਜੇਪੀ ਦੇ 6 ਮੈਂਬਰਾਂ ਨੇ ਰਿਹਾਈ ਦਾ ਵਿਰੋਧ ਕੀਤਾ, ਤਾਂ ਅਕਾਲੀ ਦਲ ਨੇ ਇਸ ਮੁੱਦੇ ਤੇ ਆਪ ਨੂੰ ਨਿਸ਼ਾਨੇ ਤੇ ਲਿਆ। ਦਵਿੰਦਰਪਾਲ ਭੁੱਲਰ ਦਾ ਮੁੱਦਾ ਇੱਕ ਵਾਰ ਫਿਰ ਸਿਆਸੀ ਫਿਜ਼ਾਵਾਂ ਦੇ ਵਿੱਚ ਗੂੰਜ ਉੱਠਿਆ, ਜਿਸ ਦਾ ਮੁੱਢ ਵੱਜਿਆ ਸਜ਼ਾ ਸਮੀਖਿਆ ਬੋਰਡ ਦੀ ਹੋਈ ਮੀਟਿੰਗ ਤੋਂ। ਸਮੀਖਿਆ ਬੋਰਡ ਦੇ ਵੱਲੋਂ ਦਵਿੰਦਰਪਾਲ ਭੁੱਲਰ ਦੀ ਸਜ਼ਾ ਮਾਫ ਨਹੀਂ ਕੀਤੀ ਗਈ, ਤਾਂ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਮੀਟਿੰਗ 'ਚ ਦਿੱਲੀ ਦੇ ਮੰਤਰੀ ਕੈਲਾਸ਼ ਗਹਿਲੋਤ ਨੇ ਭੁੱਲਰ ਦੀ ਰਿਹਾਈ ਦੀ ਮੰਗ ਕੀਤੀ, ਭੁੱਲਰ ਦੀ ਸਜ਼ਾ ਪੂਰੀ ਹੋਣ 'ਤੇ ਖਰਾਬ ਸਿਹਤ ਦਾ ਹਵਾਲਾ ਦਿੱਤਾ ਗਿਆ। ਕੈਲਾਸ਼ ਗਹਿਲੋਤ ਜੀ ਜੇਲ੍ਹ ਮੰਤਰੀ ਹੈ ਦਿੱਲੀ ਸਰਕਾਰ ਔਰ ਇਸ ਬੋਰਡ ਦੇ ਮੈਂਬਰ ਹੈ, ਔਰ ਇਕਲੌਤੇ ਕੈਲਾਸ਼ ਗਹਿਲੋਤ ਜੀ ਹੈ ਜਿਨ੍ਹਾਂ ਨੇ ਇਸ ਪਿਛਲੇ ਦਿਨਾਂ ਜਿਹੜੀ ਮੀਟਿੰਗ ਹੋਈ ਬੋਰਡ ਦੀ ਉਹ 'ਚ ਪੁਰਜ਼ੋਰ ਤਰੀਕੇ ਨਾਲ ਇਹ ਗੱਲ ਰੱਖੀ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਨੂੰ ਰਿਲੀਜ਼ ਕੀਤਾ ਜਾਵੇ। ਔਰ ਉਹਦੇ ਗਰਾਊਂਡ ਹੈ, ਉਹਦੇ 3 ਗਰਾਊਂਡ ਉਹਨਾਂ ਨੇ ਕਿਹਾ। ਇੱਕ ਤੇ 25 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਬਿਹਾਈਂਡ ਦਾ ਬਾਰ, ਮੈਡੀਕਲ ਰਿਪੋਰਟ ਦੇ ਹਿਸਾਬ ਨਾਲ ਉਹਨਾਂ ਦੀ ਸਿਹਤ ਜਿਹੜੀ ਆ ਉਹ ਵੀ ਠੀਕ ਨਹੀਂ, ਔਰ ਉਹਨਾਂ ਦੇ ਹੋਮ ਟਾਊਨ ਦੀ ਪੁਲਿਸ ਨੇ ਵੀ NOC ਦਿੱਤੀ ਆ ਵੀ ਉਹਨਾਂ ਨੂੰ ਛੱਡਿਆ ਜਾ ਸਕਦਾ। ਆਪ ਨੇ ਬੀਜੇਪੀ ਨੂੰ ਨਿਸ਼ਾਨੇ ਤੇ ਲਿਆ,
ਆਮ ਆਦਮੀ ਪਾਰਟੀ ਨੇ ਕਿਹਾ ਕਿ ਬੋਰਡ ਦੇ ਵਿੱਚ ਸ਼ਾਮਲ ਬੀਜੇਪੀ ਦੇ 6 ਮੈਂਬਰਾਂ ਨੇ ਭੁੱਲਰ ਦੀ ਰਿਹਾਈ ਦਾ ਵਿਰੋਧ ਕੀਤਾ ਤੇ ਉੱਥੇ ਅਕਾਲੀ ਦਲ ਨੂੰ ਵੀ ਘਟੇਰੇ ਵਿੱਚ ਖੜਾ ਕੀਤਾ। 7 ਮੈਂਬਰੀ ਬੋਰਡ ਹੈ ਜਿਹੜਾ ਗਠਿਤ ਕੀਤਾ ਲੈਫਟੀਨੈਂਟ ਗਵਰਨਰ ਆਫ ਦਿੱਲੀ। ਲੈਫਟੀਨੈਂਟ ਗਵਰਨਰ ਕੌਣ ਹੈ? ਲੈਫਟੀਨੈਂਟ ਗਵਰਨਰ ਉਹ ਹੈ ਜਿਹੜਾ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਭਾਗੀਦਾਰ ਰਹੀ, ਹਿੱਸੇਦਾਰ ਰਹੀ ਭਾਜਪਾ ਦਾ ਨੁਮਾਇੰਦਾ। ਭਾਜਪਾ ਦੇ ਨੁਮਾਇੰਦੇ ਲੈਫਟੀਨੈਂਟ ਗਵਰਨਰ ਨੇ 7 ਮੈਂਬਰੀ ਬੋਰਡ ਬਣਾਇਆ ਹੋਇਆ ਜਿਹਦੇ 'ਚ 6 ਮੈਂਬਰ ਲਗਾਤਾਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕਰ ਰਹੇ ਆ, ਔਰ ਆ ਮਿਨਟਸ ਹੈ ਮੇਰੇ ਕੋਲ ਮੀਟਿੰਗ ਦੀ। ਤਦ ਸ਼੍ਰੋਮਣੀ ਅਕਾਲੀ ਦਲ ਭੁੱਲਰ ਨੂੰ ਰਾਹਤ ਨਾ ਮਿਲਣ ਦੇ ਲਈ ਸਿੱਧੇ ਤੌਰ ਤੇ ਆਪ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਤੇ ਆਪ ਤੇ ਪੰਜਾਬੀਆਂ ਦੇ ਨਾਲ ਧੋਖਾ ਕਰਨ ਦੇ ਇਲਜ਼ਾਮ ਲਗਾਏ ਨੇ। ਸਾਰਾ ਖਾਲਸਾ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਪਛਾਣੀਏ ਆਪਣੇ ਕੌਣ ਹੈ, ਪਰਾਏ ਕੌਣ ਹੈ। 92 ਸੀਟਾਂ ਜਿਤਾਈਆਂ ਖਾਲਸਾ ਪੰਥ ਨੇ ਪੰਜਾਬੀਆਂ ਨੇ, ਦੇਖੋ ਕਿੰਨਾ ਵੱਡਾ ਧੋਖਾ ਕਰ ਰਿਹਾ ਆਪਣੇ ਨਾਲ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਕੇਵਲ ਤੇ ਕੇਵਲ ਨਿਰਭਰ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਤੇ, ਮਗਰ ਅਸੰਬੜੀ ਜਿਹਨੇ 29 ਸਾਲ ਜੇਲ੍ਹ 'ਚ ਰਹੇ ਆ, ਜਿਹੜੇ ਬੰਦੇ ਨੇ 29 ਸਾਲ ਸਜ਼ਾ ਕੱਟ ਲਈ ਹੋਵੇ ਉਹ ਕਿਹੜਾ ਖਤਰਾ ਸਾਬਿਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਦਵਿੰਦਰਪਾਲ ਭੁੱਲਰ 1993 ਦੇ ਦਿੱਲੀ ਬੰਬ ਧਮਾਕਿਆਂ ਦੇ ਦੋਸ਼ੀ ਨੇ, ਜੋ ਪਿਛਲੇ ਕਰੀਬ 3 ਦਹਾਕਿਆਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ, ਜਿਨ੍ਹਾਂ ਦੀ ਸਿਹਤ ਵੀ ਖਰਾਬ ਚੱਲ ਰਹੀ ਹੈ, ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਜੇਲ੍ਹ ਸ਼ਿਫਟ ਕੀਤਾ ਗਿਆ ਸੀ। ਚੰਡੀਗੜ੍ਹ ਤੋਂ ਪੰਕਜ ਕਪਾਹੀ ਤੇ ਅਮਨ ਭਾਰਦਵਾਜ, ਨਿਊਜ਼ 18 ਪੰਜਾਬ। ਸੋ ਦਵਿੰਦਰਪਾਲ ਭੁੱਲਰ ਦੀ ਰਿਹਾਈ ਨਾ ਹੋਣ ਤੇ ਸਵਾਲ ਚੁੱਕੇ ਜਾ ਰਹੇ ਨੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਨਾਰਾਜ਼ਗੀ ਜਤਾਈ ਹੈ। ਦਿੱਲੀ ਸਰਕਾਰ ਸਿੱਖਾਂ ਦੇ ਨਾਲ ਮਿੱਥ ਕੇ ਵਿਤਕਰਾ ਕਰ ਰਹੀ ਹੈ। ਜਥੇਦਾਰ ਦਾ ਵੱਡਾ ਬਿਆਨ ਸਾਹਮਣੇ ਆਇਆ, ਭਾਈ ਭੁੱਲਰ ਦੀ ਅਪੀਲ 7ਵੀਂ ਵਾਰ ਰੱਦ ਕੀਤੀ ਗਈ। ਉੱਥੇ ਜਥੇਦਾਰ ਸਾਹਿਬ ਨੇ ਕਿਹਾ ਕਿ ਭੁੱਲਰ ਦੀ ਰਿਹਾਈ ਨਾ ਹੋਣਾ ਜਮਹੂਰੀਅਤ ਦੇ ਲਈ ਸ਼ਰਮਨਾਕ ਹੈ। ਰਿਹਾਈ ਦੇ ਵਾਅਦੇ ਕਰਕੇ ਸਰਕਾਰਾਂ ਮੁੱਕਰੀਆਂ ਨੇ। ਸੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ। ਦਵਿੰਦਰਪਾਲ ਭੁੱਲਰ ਦੀ ਰਿਹਾਈ ਨਾ ਹੋਣ ਨੂੰ ਲੈ ਕੇ ਸਵਾਲ ਚੁੱਕੇ ਗਏ, ਨਾਰਾਜ਼ਗੀ ਜਤਾਈ ਗਈ। ਉਹਨਾਂ ਨੇ ਕਿਹਾ ਕਿ ਦਿੱਲੀ ਸਰਕਾਰ ਸਿੱਖਾਂ ਦੇ ਨਾਲ ਵਿਤਕਰਾ ਕਰ ਰਹੀ ਹੈ। ਭਾਈ ਭੁੱਲਰ ਦੀ ਅਪੀਲ 7ਵੀਂ ਵਾਰ ਰੱਦ ਕੀਤੀ ਗਈ ਹੈ। ਭੁੱਲਰ ਦੀ ਰਿਹਾਈ ਨਾ ਹੋਣਾ ਜਮਹੂਰੀਅਤ ਵਾਸਤੇ ਖਤਰਨਾਕ ਹੈ। ਰਿਹਾਈ ਦੇ ਵਾਅਦੇ ਕਰਕੇ ਸਰਕਾਰਾਂ ਮੁੱਕਰੀਆਂ ਨੇ। ਸਰਕਾਰਾਂ ਨੂੰ ਜਥੇਦਾਰ ਸਾਹਿਬ ਦੇ ਵੱਲੋਂ ਨਿਸ਼ਾਨੇ 'ਤੇ ਲਿਆ ਗਿਆ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਹੁਣ ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਦੀ, ਜੋ ਕਿ ਲਗਾਤਾਰ ਜਾਰੀ ਹੈ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਦਾ ਦੌਰ ਜਾਰੀ ਹੈ ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦੋ ਟੁੱਕ ਚੇਤਾਵਨੀ ਦਿੱਤੀ ਹੈ ਕਿ ਜਿਹੜਾ ਪਾਰਟੀ ਦੇ ਵਿੱਚ ਖਰਾਬੀ ਕਰੇਗਾ ਫਿਰ ਨੋਟਿਸ ਨਹੀਂ ਦਿੱਤਾ ਜਾਵੇਗਾ, ਸਿੱਧਾ ਪਾਰਟੀ 'ਚੋਂ ਬਾਹਰ ਕੱਢਾਂਗੇ। ਜਿਹੜਾ ਗਲਤੀ ਕਰੂਗਾ ਜਾਂ ਜਿਹੜਾ ਗਲਤੀ ਕਰ ਰਿਹਾ ਨੋਟਿਸ ਨਹੀਂ ਜਾਊਗਾ, ਕੱਢ ਕੇ ਬਾਹਰ ਮਾਰਾਂਗੇ। ਇੱਕ ਪਾਸੇ ਤਾਂ ਪੰਜਾਬ ਕਾਂਗਰਸ ਨੇ 24 ਦੀਆਂ ਤਿਆਰੀਆਂ ਖਿੱਚੀਆਂ ਹੋਈਆਂ ਨੇ। ਪੰਜਾਬ ਕਾਂਗਰਸ ਪ੍ਰਧਾਨ ਤੇ ਇੰਚਾਰਜ ਬੈਕ ਟੂ ਬੈਕ ਵਰਕਰਾਂ ਦੇ ਨਾਲ ਬੈਠਕਾਂ ਕਰ ਰਹੇ ਨੇ, ਪਰ ਦੂਜੇ ਪਾਸੇ ਕਾਂਗਰਸ ਦਾ ਕਾਟੋ ਕਲੇਸ਼ ਹੋਰ ਭਖਦਾ ਹੋਇਆ ਨਜ਼ਰ ਆ ਰਿਹਾ। ਜਦੋਂ ਨਵਜੋਤ ਸਿੱਧੂ ਦੀਆਂ ਰੈਲੀਆਂ ਦਾ ਦੌਰ ਜਾਰੀ ਹੈ ਤਾਂ ਫਿਰ ਰਾਜਾ ਵੜਿੰਗ ਦੇ ਬਿਆਨਾਂ ਦੇ ਵਿੱਚ ਤਲਖੀ ਹੋਰ
ਵੱਧਦੀ ਹੋਈ ਨਜ਼ਰ ਆ ਰਹੀ ਹੈ। ਰਾਜਾ ਵੜਿੰਗ ਨੇ ਬਿਨਾਂ ਕਿਸੇ ਦਾ ਨਾਮ ਲਏ ਦੋ ਟੁੱਕ ਕਹਿ ਦਿੱਤਾ ਹੈ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਬਰਦਾਸ਼ਤ ਨਹੀਂ ਹੋਣਗੀਆਂ, ਪਾਰਟੀ 'ਚ ਖਰਾਬੀ ਕਰਨ ਵਾਲੇ ਨੂੰ ਨੋਟਿਸ ਨਹੀਂ ਬਾਹਰ ਕੱਢਾਂਗੇ। ਉਹ ਬਈ ਜਿਹੜਾ ਗਲਤੀ ਕਰੂਗਾ ਜਾਂ ਜਿਹੜਾ ਗਲਤੀ ਕਰ ਰਿਹਾ ਨੋਟਿਸ ਨਹੀਂ ਜਾਊਗਾ, ਕੱਢ ਕੇ ਬਾਹਰ ਮਾਰਾਂਗੇ। ਜਿਹੜਾ ਵੀ ਪਾਰਟੀ 'ਚ ਖਰਾਬੀ ਕਰੂਗਾ ਉਹਨੂੰ ਕੇਵਲ ਨੋਟਿਸ ਨਹੀਂ ਜਾਊਗਾ, ਬਾਹਰ ਵੀ ਕੱਢਾਂ। ਇਸੇ ਕਾਟੋ ਕਲੇਸ਼ ਦੇ ਵਿਚਾਲੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ 11 ਫਰਵਰੀ ਨੂੰ ਪੰਜਾਬ ਆ ਰਹੇ ਨੇ ਤੇ ਇਸ ਦੌਰਾਨ ਲੋਕ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਘੜੀ ਜਾਵੇਗੀ। ਚਰਚਾ ਪੰਜਾਬ ਕਾਂਗਰਸ ਦੇ ਅੰਦਰੂਨੀ ਮਸਲਿਆਂ ਤੇ ਵੀ ਹੋਵੇਗੀ, ਪਰ ਇਸ ਦੇ ਵਿਚਾਲੇ ਸਵਾਲ ਬਰਕਰਾਰ ਹੈ ਕਿ ਕਾਂਗਰਸ ਦਾ ਇਹ ਕਾਟੋ ਕਲੇਸ਼ ਖਤਮ ਕਿਵੇਂ ਹੋਵੇਗਾ, ਸਿੱਧੂ ਦੀਆਂ ਰੈਲੀਆਂ ਤੇ ਬ੍ਰੇਕ ਕਿਵੇਂ ਲੱਗੇਗੀ ਤੇ ਸਵਾਲ ਇਹ ਵੀ ਹੈ ਕਿ ਕੀ ਅਜਿਹੀਆਂ ਗਤੀਵਿਧੀਆਂ ਦਾ ਸਿੱਧੂ ਨੂੰ ਖਮਿਆਜ਼ਾ ਭੁਗਤਣਾ ਪਵੇਗਾ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼18 ਪੰਜਾਬ। ਤਾਂ ਖਬਰ ਕਾਂਗਰਸੀ ਆਗੂ ਮਹੇਸ਼ ਇੰਦਰ ਨੂੰ ਨੋਟਿਸ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ। ਨੋਟਿਸ ਨੂੰ ਲੈ ਕੇ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ, ਮਾਲਵਿਕਾ ਸੂਦ ਦੀ ਸ਼ਿਕਾਇਤ ਤੇ ਨੋਟਿਸ ਮਿਲਿਆ ਹੈ। ਰਾਜਾ ਵੜਿੰਗ ਦੇ ਵੱਲੋਂ ਕਿਹਾ ਗਿਆ ਕਿ ਮਾਲਵਿਕਾ ਸੂਦ ਦੇ ਵੱਲੋਂ ਜੋ ਸ਼ਿਕਾਇਤ ਦਿੱਤੀ ਗਈ ਸੀ ਉਸ ਦੇ ਆਧਾਰ ਤੇ ਨੋਟਿਸ ਮਿਲਿਆ। ਪਹਿਲਾਂ ਵੀ ਮਹੇਸ਼ ਇੰਦਰ ਸਿੰਘ ਦੀਆਂ ਸ਼ਿਕਾਇਤਾਂ ਮਿਲੀਆਂ ਨੇ, ਮਹੇਸ਼ ਇੰਦਰ ਦੇ ਖਿਲਾਫ ਸਬੂਤ ਵੀ ਮਿਲੇ ਨੇ। ਰਾਜਾ ਵੜਿੰਗ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ, ਇਸੇ ਕਰਕੇ ਪਾਰਟੀ ਨੇ ਕਾਰਨ ਦੱਸੋ ਨੋਟਿਸ ਭੇਜਿਆ। ਤੁਹਾਨੂੰ ਦੱਸ ਦਈਏ ਕਿ ਬੀਤੇ ਐਤਵਾਰ ਨਵਜੋਤ ਸਿੰਘ ਸਿੱਧੂ ਵੱਲੋਂ ਮੋਗਾ ਦੇ ਵਿੱਚ ਰੈਲੀ ਕੀਤੀ ਗਈ ਸੀ ਤੇ ਇਸੇ ਰੈਲੀ ਨੂੰ ਮਹੇਸ਼ ਇੰਦਰ ਸਿੰਘ ਦੇ ਵੱਲੋਂ ਆਰਗਨਾਈਜ਼ ਕੀਤਾ ਗਿਆ ਸੀਗਾ, ਜਿਸ ਨੂੰ ਲੈ ਕੇ ਮਾਲਵਿਕਾ ਸੂਦ ਦੀ ਸ਼ਿਕਾਇਤ ਦੇ ਆਧਾਰ ਤੇ ਮਹੇਸ਼ ਇੰਦਰ ਤੇ ਉਸਦੇ ਬੇਟੇ ਨੂੰ ਨੋਟਿਸ ਜਾਰੀ ਹੋਇਆ ਸੀ। ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਇਸ ਕਰਕੇ ਕੀਤਾ ਗਿਆ ਕਿਉਂਕਿ ਜਿਹੜੇ ਸਾਡੇ ਉੱਥੇ ਕੰਟੈਸਟਡ ਕੈਂਡੀਡੇਟ ਸੀ ਮੈਡਮ ਸੂਦ, ਸੋਨੂ ਸੂਦ ਜੀ ਦੀ ਮਾਲਵਿਕਾ ਸੂਦ, ਉਹਨਾਂ ਨੇ ਸ਼ਿਕਾਇਤ ਕੀਤੀ ਸੀ। ਪਹਿਲਾਂ ਵੀ ਕਾਫੀ ਉਹਨਾਂ ਦੀਆਂ 3-4 ਸ਼ਿਕਾਇਤਾਂ ਆਈਆਂ ਸਨ ਔਰ ਕੁਝ ਉਹਨਾਂ ਨੇ ਪਰੂਫਸ ਵੀ ਦਿੱਤੇ ਹੈ ਐਂਡ ਉਹਨਾਂ ਨੂੰ ਉਸ, ਹਾਲਾਂਕਿ ਉਹਨਾਂ ਦੀ ਫੋਟੋ ਲਾਈ ਗਈ, ਉਹਨਾਂ ਨੂੰ ਸੱਦਾ ਪੱਤਰ ਨਹੀਂ ਦਿੱਤਾ ਗਿਆ ਤੇ ਨਾ ਹੀ ਉਹਨਾਂ ਨੂੰ ਪੁੱਛਿਆ ਗਿਆ। ਸੋ ਇਸ ਕਰਕੇ ਉਹ ਕਾਰਨ ਦੱਸੋ ਨੋਟਿਸ ਕੀਤਾ ਗਿਆ। ਬਾਕੀ ਕੀ ਫੈਸਲਾ ਹੁੰਦਾ, ਉਹ ਕੀ ਜਵਾਬ ਦਿੰਦੇ ਆ, ਉਸ ਤੋਂ ਬਾਅਦ ਸਾਰੀ ਗੱਲ ਰੱਖੀ ਜਾਊਗੀ, ਸੁਣੀ ਜਾਊਗੀ, ਫਿਰ ਦੇਖਦੇ ਹਾਂ ਕੀ ਹੁੰਦਾ। ਅਗਲੀ ਵੱਡੀ ਖਬਰ ਰਾਹੁਲ ਗਾਂਧੀ ਦੇ ਨਾਲ ਜੁੜੀ ਹੋਈ ਹੈ। ਅਸਮ ਦੇ ਵਿੱਚ ਰਾਹੁਲ ਦੀ ਭਾਰਤ ਜੋੜੋ ਨਿਆਂ ਯਾਤਰਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਅਸਮ ਪੁਲਿਸ ਦੇ ਨਾਲ ਭਿੜੇ ਕਾਂਗਰਸੀ ਵਰਕਰ, ਗੁਹਾਟੀ ਸ਼ਹਿਰ ਦੇ ਵਿੱਚ ਦਾਖਲ ਹੋਣ ਦੀ ਦਰਅਸਲ ਕਾਂਗਰਸੀ ਵਰਕਰ ਜੋ ਕਿ ਕੋਸ਼ਿਸ਼ ਕਰ ਰਹੇ ਸਨ। ਕਾਂਗਰਸ ਦਾ ਅਸਮ ਸਰਕਾਰ 'ਤੇ ਇਲਜ਼ਾਮ ਹੈ ਕਿ ਗੁਹਾਟੀ ਸ਼ਹਿਰ ਦੇ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ। ਅਸਮ ਦੇ CM ਦੇ ਵੱਲੋਂ ਰਾਹੁਲ ਦੇ ਖਿਲਾਫ਼ FIR ਦਰਜ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਨੇ। ਰਾਹੁਲ ਗਾਂਧੀ 'ਤੇ ਭੀੜ ਨੂੰ ਭੜਕਾਉਣ ਦੇ ਇਲਜ਼ਾਮ ਲੱਗੇ ਨੇ। ਰਾਹੁਲ ਨੇ ਭੀੜ ਨੂੰ ਭੜਕਾਇਆ। CM ਹਿਮੰਤਾ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ, ਉਹਨਾਂ ਦਾ ਕਹਿਣਾ ਕਿ ਰਾਹੁਲ ਨੇ ਭੀੜ ਨੂੰ ਭੜਕਾਇਆ, ਰਾਹੁਲ ਨੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ। ਰਾਹੁਲ ਗਾਂਧੀ ਦਾ ਅਸਮ ਦੇ CM ਨੂੰ ਜਵਾਬ ਹੈ। ਜਵਾਬ ਦਿੱਤਾ ਗਿਆ ਕਿ BJP ਕੁਝ ਵੀ ਕਰ ਲਵੇ, ਅਸੀਂ ਡਰਨ ਵਾਲੇ ਨਹੀਂ ਹਾਂ। ਨਿਆਂ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਵੱਲੋਂ ਇਹ ਵੀ ਵੱਡਾ ਇਲਜ਼ਾਮ ਲਗਾਇਆ ਗਿਆ ਕਿ ਨਿਆਂ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। कि वो यात्रा शुरू हुई कन्याकुमारी में, पहले उन्होंने कहा कि ये तो मतलब इसका कुछ असर नहीं पड़ेगा और आस्ते 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 उसका असर बढ़ता गया और इवेंचुअली वो क्रेसेंडो बना जम्मू कश्मीर में जाके। अब इनकी थिंकिंग है कि इसको पहले ही डिसरप्ट करो, मगर प्रॉब्लम क्या है कि जब वो यात्रा को डिसरप्ट करते हैं वो यात्रा की मदद करते हैं। तो मैं तो चाहता हूँ, फ्रेंकली मैं आपको बोलूँ, मैं तो चाहता हूँ
की यात्रा को डिस्टर्ब करें, कि हमें मतलब कॉलेजेस में जाने से रोकें। मैं कॉलेज में जाने से रोका, पूरा कॉलेज भर आ गया, आपने देखा पूरा कॉलेज भर आ गया, हर स्टूडेंट ने मेरा वहाँ पे भाषण देखा। तो अगर हम कॉलेज में करते वो कॉलेज के अंदर होता, इन्होंने डिस्टर्ब किया, हमने बाहर किया, वो पूरे मतलब देश में चला गया। तो मैं तो बहुत खुश हूँ, जितना करना है करिए, मज़ा आ रहा है, हमारे फायदा है। मैं इंटिमिडेट नहीं होता हूँ, कुछ भी करो, गाली दो, डिस्टर्ब करो, मारो पीटो, मैं इंटिमिडेट नहीं होता। मैं जो मेरी सच्चाई है उसके लिए मैं लड़ता हूँ, और पूरी दुनिया दूसरी साइड खड़े हो जाए मुझे कोई फर्क नहीं पड़ता। जिस बात के लिए मैं लड़ता हूँ, जिस विचारधारा के लिए मैं लड़ता हूँ, एक बार मैंने मन बना लिया तो मैं इंटिमिडेट नहीं होता। ये हमने डिसीजन लिया है कि खड़ा हुआ है, एक तरफ नरेंद्र मोदी और RSS, दूसरी तरफ इंडिया। इंडिया एक विचारधारा है, एक सोच है, और आज इंडिया के पास हिंदुस्तान का तकरीबन 60% वोट है। रुख करेंगे अगली खबर का। कनेडा जाके पढ़ाई करने की ख्वाहिश रखने वाले विद्यार्थियों के लिए कनेडा सरकार ने डबल झटका दिता है। कनेडा के इमीग्रेशन मंत्री ने ना सिर्फ स्टडी वीजा के कटौती का ऐलान कर दिता है, बल्कि होर भी काफ़ी हद तक सख्ती की गई है। की ने नवे नियम, वेखते हैं रिपोर्ट। विदेश जाण वालियां च पंजाबियां दे लई कैनेडा पहली पसंद बनिया होया है। पंजाब दे ज्यादातर विद्यार्थी कैनेडा जाके पढ़ाई करना चाहुंदे ने ते काम करदे ने, पर कैनेडा दी ट्रूडो सरकार उहनां नूं इक तों बाद इक झटका दे रही है। इस बार कैनेडा दी ट्रूडो सरकार ने विदेशी विद्यार्थियों नूं डबल अटैक दित्ता है। तो कैनेडा दे इमीग्रेशन मंत्री मार्क मिलर ने अंतरराष्ट्रीय विद्यार्थियों ते कैपिंग दा ऐलान करदे हुए कहा कि ट्रूडो सरकार ने वीजा दे विच 35% दी कटौती कर दिती है। उथे निजी संस्थानां तों पढ़ाई करन वालियां नूं हुण वर्क परमिट नहीं मिलेगा। कैनेडा सरकार दे इस फैसले दे नाल सब तों ज्यादा असर भारतीय विद्यार्थियों ते पवेगा। कैनेडा सरकार भी तैयारी कर रही है कि ओपन वर्क परमिट सिर्फ मास्टर, डॉक्टरेट, मेडिसिन जां लॉ जिहे पेशेवर प्रोग्राम वाले कोर्सेज वाले विद्यार्थियों जां उहनां दे जीवन साथियों दे लई उपलब्ध होवे। कैनेडा सरकार का कहना है कि उन्हों का देश इस वक्त बेरोजगारी और रिहायशी संकट के जूझ रहा है, इसके चलते फैसला किया गया है। पर इस फैसले तो बाद पंजाब के विद्यार्थियों की चिंता बढ़ी है। थोड़ी मेहनत ज्यादा करनी पड़ेगी तो करके अपन मिल जाएगा उसे। एकदम यह फैसला है, तैयारी कर पाओगे? हाँ जी सर, जरूर करा सर। देखो जी, मैं भी अपनी चलो वर्क परमिट लिए तैयारी कर रहा था, तो मेरा भी ड्रीम सीगा तो मैं कैनेडा जाके अपनी लाइफ सैटल करा। ਤੇ ਹੁਣ ਚਲੋ ਜਿਵੇਂ ਦੀ ਕੈਨੇਡਾ ਨੇ ਸੋਚਿਆਗਾ ਤੇ ਉਹ ਬਹੁਤ ਬੁਰੇ ਲਈ, ਯਾਨੀ ਕਿ ਸਾਡੇ ਲਈ ਬਹੁਤ ਘੱਟ ਲਈ ਗੱਲ ਆ ਗਈ ਉਹ, ਤੇ ਉਹ ਕੈਨੇਡਾ ਨੂੰ ਵੀ ਮਾੜਾ ਮੋਟਾ ਸੋਚਣਾ ਚਾਹੀਦਾ ਜੀ। ਉੱਥੇ ਆਈਐਲਟਸ ਸੈਂਟਰਾਂ ਦੇ ਨਾਲ ਜੁੜੇ ਹੋਏ ਲੋਕਾਂ ਨੇ ਵੀ ਕੈਨੇਡਾ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ ਤੇ ਵਿਦਿਆਰਥੀਆਂ ਦੇ ਵਿੱਚ ਜਾਣ ਬੁੱਝ ਕੇ ਨਿਰਾਸ਼ਾ ਫੈਲਾਉਣ ਦਾ ਇਲਜ਼ਾਮ ਵੀ ਲਗਾਇਆ। ਜਿਹੜੀ ਸਕਿੱਲਸ ਦੀ ਉੱਥੇ ਰਿਕੁਆਇਰਮੈਂਟ ਹੈਗੀ ਆ, ਅਸੀਂ ਉਸ ਸਕਿੱਲਸ ਨੂੰ ਪ੍ਰਮੋਟ ਕਰੀਏ ਬੇਸਿਕਲੀ। ਇਸ ਕਰਕੇ ਸਾਨੂੰ ਵੀ ਬੜਾ ਅਵੇਅਰ ਹੋਣਾ ਪਏਗਾ, ਸਾਨੂੰ ਵੀ ਆਪਣੀ ਤਿਆਰੀ ਉਸ ਤਰੀਕੇ ਨਾਲ ਕਰਨੀ ਪਏਗਾ। ਬਹੁਤ ਜ਼ਿਆਦਾ ਫਰਕ ਪਏਗਾ ਕਿਉਂਕਿ ਇਸ ਟਾਈਮ ਜਿਹੜੇ ਸਟੂਡੈਂਟਸ ਆਪਣੀ ਤਿਆਰੀ ਕਰ ਰਹੇ ਨੇ, ਆਪਣੇ ਸੁਪਨਿਆਂ ਨੂੰ ਸਵੀਕਾਰ ਕਰਨਾ ਚਾਹੁੰਦੇ ਨੇ, ਉਹਨਾਂ ਤੇ ਬਹੁਤ ਜ਼ਿਆਦਾ ਅਸਰ ਪਊਗਾ। ਤੇ ਇਸ ਟਾਈਮ ਤੇ ਮਤਲਬ ਕਿ ਉਹਨਾਂ ਨੇ ਵਰਕ ਪਰਮਿਟ ਦੇਣ ਨੂੰ ਵੀ ਮਨਾ ਕਰਤਾ, ਤਾਂ ਬੱਚਿਆਂ ਦਾ ਸੁਪਨਾ ਸ਼ਾਇਦ ਮੈਨੂੰ ਲੱਗਦਾ ਕਿ ਆਪਣਾ ਪੂਰਾ ਨਹੀਂ ਕਰ ਪਾਣਗੇ ਉਹ ਇਸ ਟਾਈਮ ਤੇ। ਹਾਲ ਵਿੱਚ ਪਿਛਲੇ ਸਮੇਂ ਤੋਂ ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਸਰਕਾਰ ਦੇ ਵਿੱਚ ਪਿਛਲੇ ਦਿਨਾਂ 'ਚ ਤਲਖੀ ਵਧੀ ਹੈ। ਇਸ ਦਾ ਅਸਰ ਹੁਣ ਵੀਜ਼ਾ ਨਿਯਮਾਂ ਅਤੇ ਇਮੀਗ੍ਰੇਸ਼ਨ ਤੇ ਵੀ ਵੇਖਣ ਨੂੰ ਮਿਲ ਰਿਹਾ ਹੈ, ਤੇ ਜੇਕਰ ਕੈਨੇਡਾ ਸਰਕਾਰ ਦਾ ਹੀ ਰਵੱਈਆ ਰਹਿੰਦਾ ਹੈ
ਤਾਂ ਪੰਜਾਬ ਦੇ ਵਿਦਿਆਰਥੀ ਦੂਜੇ ਦੇਸ਼ਾਂ ਦਾ ਰੁੱਖ ਕਰਨਗੇ। ਉੱਥੇ ਵੀਜ਼ਾ ਅਤੇ ਇਮੀਗ੍ਰੇਸ਼ਨ ਦੇ ਨਿਯਮ ਆਸਾਨ ਨੇ, ਤਾਂ ਵਿਦਿਆਰਥੀਆਂ ਨੂੰ ਜ਼ਿਆਦਾ ਸਹੂਲਤਾਂ ਮਿਲ ਰਹੀਆਂ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਰੁੱਖ ਕਰਾਂਗੇ ਅਗਲੀ ਖਬਰ ਦਾ। ਹੁਣ ਓਵਰਲੋਡ ਸਵਾਰੀਆਂ ਭਰ ਕੇ ਬੱਸਾਂ ਨਹੀਂ ਚੱਲ ਰਹੀਆਂ, ਬੱਸਾਂ ਦੇ ਵਿੱਚ ਸਿਰਫ 52 ਸਵਾਰੀਆਂ ਹੀ ਲੈ ਕੇ ਜਾ ਰਹੇ ਨੇ ਰੋਡਵੇਜ਼ ਦੇ ਮੁਲਾਜ਼ਮ। ਪੰਜਾਬ ਰੋਡਵੇਜ਼ ਕੰਟਰੈਕਟ ਮੁਲਾਜ਼ਮਾਂ ਨੇ ਇਸ ਨੂੰ ਲੈ ਕੇ ਦਰਅਸਲ ਫੈਸਲਾ ਲਿਆ ਕਿ ਵੱਧ ਸਵਾਰੀਆਂ ਹੋਣ 'ਤੇ ਹਾਦਸਿਆਂ ਦਾ ਡਰ ਰਹਿੰਦਾ ਹੈ। ਕੰਟਰੈਕਟ ਵਰਕਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਵੀ ਜਤਾਇਆ। ਨਵੇਂ ਹਿੱਟ ਐਂਡ ਰਨ ਕਾਨੂੰਨ ਦਾ ਮੁਲਾਜ਼ਮਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਅਤੇ ਮੰਗਾਂ ਨਾ ਮੰਨਣ 'ਤੇ ਸੰਘਰਸ਼ ਵੀ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਸਾਫ਼ ਕਿਹਾ ਗਿਆ ਕਿ 13, 14 ਅਤੇ 15 ਫਰਵਰੀ ਨੂੰ ਮੁਕੰਮਲ ਹੜਤਾਲ ਕੀਤੀ ਜਾਵੇ। ਮੋਦੀ ਸਰਕਾਰ ਵੱਲੋਂ ਜਿਹੜੇ ਇਹ ਕਾਨੂੰਨ ਲਿਆਂਦੇ ਗਏ ਆ ਉਹਨਾਂ ਦਾ ਬਾਈਕਾਟ ਕੀਤਾ ਗਿਆ ਅਤੇ ਅੱਗੇ ਲਈ ਸੰਘਰਸ਼ ਹੈ ਜਿਹੜੇ ਉਹ ਤਿੱਖੇ ਕਰਨ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜੋ ਧੱਕੇਸ਼ਾਹੀ ਰਵੱਈਆ ਪਨਵਸ PRTC ਦੇ ਕੱਚੇ ਮੁਲਾਜ਼ਮਾਂ ਨਾਲ ਅਪਣਾਇਆ ਜਾ ਰਿਹਾ, ਮੰਗਾਂ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ, ਉਹਦੇ ਸੰਬੰਧ ਵਿੱਚ ਵੀ ਵਰਕਰਾਂ ਨੂੰ ਸੁਚੇਤ ਕਰਿਆ। ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਾਡੀਆਂ ਬੱਸਾਂ ਵਿੱਚ 52 ਸੀਟਰ ਸਾਡੀ ਬੱਸ ਪਾਸ ਹੁੰਦੀ ਆ ਅਤੇ ਉਹਦੇ 'ਚ ਸਵਾਰੀ ਤੁਸੀਂ ਦੇਖਿਓ 130-135 ਦੇ ਲਗਭਗ ਸਵਾਰੀ ਹੈ ਜਿਹੜੀ ਉਹ ਸਫ਼ਰ ਅਸੀਂ ਕਰਾਉਂਦੇ ਹਾਂ। ਪਰ ਇਸ ਸਫ਼ਰ ਦੇ ਕਾਰਨ ਇੱਕ ਤਾਂ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ, ਦੂਜਾ ਕਾਨੂੰਨ ਦੀਆਂ ਵੀ ਧੱਜੀਆਂ ਜਿਹੜੀਆਂ ਉਹ ਉੱਡ ਰਹੀਆਂ। ਸੋ ਅਸੀਂ ਕੱਲ੍ਹ ਨੂੰ 23 ਤਰੀਕ ਤੋਂ ਬੱਸਾਂ ਵਿੱਚ 52 ਸੀਟਰ ਬੱਸ ਤਾਂ 52 ਸਵਾਰੀਆਂ ਨੂੰ ਹੀ ਸਫ਼ਰ ਕਰਾਵਾਂਗੇ। ਮੇਰੇ ਨਾਲ ਇਸ ਲਈ ਜਿਹੜੇ ਪਨਬੱਸ ਔਰ ਰੋਡਵੇਜ਼ ਦੇ ਜਿਹੜੇ ਪ੍ਰਧਾਨ ਹੈਗੇ ਨੇ, ਸੂਬਾ ਪ੍ਰਧਾਨ, ਉਹ ਮੇਰੇ ਨਾਲ ਮੌਜੂਦ ਨੇ, ਸੈਕਟਰੀ ਮੇਰੇ ਨਾਲ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲ ਕਰ ਲੈਂਦੇ। ਸਰ, ਵਿਰੋਧ ਦਾ ਨਵਾਂ ਤਰੀਕਾ 52 ਸਵਾਰੀਆਂ, ਜੇਕਰ ਰਸਤੇ ਦੇ ਵਿੱਚ ਜੇਕਰ ਕੋਈ ਇੱਕ ਪਰਿਵਾਰ ਦੇ 4 ਲੋਕ ਮਿਲ ਗਏ ਔਰ ਤੁਹਾਡੇ ਕੋਲ ਸੀਟਾਂ 2 ਹੋਈਆਂ ਤਾਂ ਤੁਸੀਂ ਉਸ ਲਈ ਕੀ ਕਰੋਗੇ? ਪਹਿਲੀ ਗੱਲ ਤਾਂ ਸਰ ਵੀ ਇਹ ਵਿਰੋਧ ਦਾ ਤਰੀਕਾ ਨਹੀਂ, ਇਹ ਕਾਨੂੰਨ ਜਿਹੜੀ ਹੈ ਕਾਨੂੰਨ ਦੀ ਪਾਲਣਾ ਕਰ ਰਹੇ ਅਸੀਂ, ਕਿਉਂਕਿ ਭਾਰਤ ਦਾ ਸੰਵਿਧਾਨ ਕਹਿੰਦਾ ਕਿ ਓਵਰਲੋਡਿੰਗ ਬੱਸਾਂ ਨਹੀਂ ਕਰਨੀਆਂ ਜਾਂ ਟਰੱਕ ਨਹੀਂ ਕਰਨੇ। ਸੋ ਓਵਰਲੋਡਿੰਗ 'ਤੇ ਸਾਡੇ ਟਰਾਂਸਪੋਰਟ ਮਿਨਿਸਟਰ ਦੇ ਬਿਆਨ ਵੀ ਆਇਆ ਵੀ ਓਵਰਲੋਡਿੰਗ ਕਾਰਨ ਜਿਹੜੇ ਐਕਸੀਡੈਂਟ ਹੋ ਰਿਹਾ, ਹਾਦਸੇ ਹੋ ਰਹੇ ਆ, ਉਹ ਹਾਦਸਿਆਂ ਦਾ ਵੱਡਾ ਕਾਰਨ ਬਣ ਰਹੇ ਆ, ਓਵਰਲੋਡਿੰਗ ਬੰਦ ਕੀਤੀ ਜਾਵੇ। ਦੂਸਰੀ ਗੱਲ, ਜਿਹੜਾ ਕੇਂਦਰ ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਗਿਆ ਕਿ ਡਰਾਈਵਰ ਨੂੰ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਇਆ ਜੁਰਮਾਨਾ, ਉਹਦੇ ਨਾਲ ਜਿਹੜੀ ਓਵਰਲੋਡਿੰਗ ਬੱਸਾਂ ਹੁੰਦੀਆਂ ਉਹਦੇ ਨਾਲ ਜਿਹੜੇ ਹਾਦਸੇ ਨੇ ਉਹ ਬਹੁਤ ਵੱਧਦੇ ਨੇ। ਤੀਸਰੀ ਗੱਲ ਕਿ ਜਿਹੜੇ ਕਨੈਕਟਰ ਨੇ, ਜਦੋਂ ਇੱਕ ਬੱਸ ਦੇ ਵਿੱਚ 52 ਸੀਟਰ ਬੱਸ ਹੈ ਤਾਂ ਉਹਦੇ 'ਚ 135-135 ਸਵਾਰੀਆਂ ਹੁੰਦੀਆਂ ਅਤੇ ਕੋਈ ਵੀ ਮਿਸ ਰਹਿ ਜਾਂਦੀ ਸਵਾਰੀ, ਇੱਕ ਦੀ ਟਿਕਟ ਨਹੀਂ ਹੁੰਦੀ ਤਾਂ ਕਨੈਕਟਰ ਦੀ ਨਜਾਇਜ਼ ਰਿਪੋਰਟ ਹੁੰਦੀ ਆ, ਜਿਹਦੀ ਵਜ੍ਹਾ ਨਾਲ ਜਥੇਬੰਦੀ ਨੇ ਫੈਸਲਾ ਲਿਆ ਪੰਜਾਬ ਰੋਡਵੇਜ਼ ਪਨਬੱਸ PRTC ਕੰਟਰੈਕਟ ਵਰਕਰ ਯੂਨੀਅਨ ਵੱਲੋਂ ਕਿ ਅਸੀਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ, ਕਾਨੂੰਨ ਮੁਤਾਬਕ ਜਿੰਨੀਆਂ ਸੀਟਾਂ ਨੇ ਉਨੀਆਂ ਹੀ ਸਵਾਰੀਆਂ ਬਿਠਾਵਾਂਗੇ, ਕਿਉਂਕਿ ਉਨੀਆਂ ਸੀਟਾਂ ਦਾ ਹੀ ਟੈਕਸ ਸਰਕਾਰ ਨੂੰ ਅਸੀਂ ਪੇ ਕਰ ਰਹੇ ਹਾਂ ਤਾਂ ਉਨੀਆਂ ਸੀਟਾਂ 'ਤੇ ਹੀ ਸਵਾਰੀ ਬਿਠਾਉਣ ਦੀ ਸਰਕਾਰ ਵੱਲੋਂ ਆਗਿਆ। ਓਵਰਲੋਡਿੰਗ ਕਾਰਨ ਜਿਹੜੇ ਹਾਦਸੇ ਹੋ ਰਹੇ, ਐਕਸੀਡੈਂਟ ਹੋ ਰਹੇ ਆ, ਉਹਨਾਂ ਤੋਂ ਬਚਿਆ ਜਾ ਸਕੇ। ਦੂਸਰੀ ਗੱਲ, ਜਿਹੜੀਆਂ ਬੱਸਾਂ ਨੇ ਸਾਡੇ ਕੋਲ, ਉਹਨਾਂ ਦੇ ਟਾਇਰ ਬਹੁਤ ਮਾੜੇ ਨੇ, ਹਾਲਤ ਖਸਤਾ ਹੈ। ਦਿੱਲੀ ਪੁਲਿਸ ਨੂੰ ਖਾਲਿਸਤਾਨੀ ਅੱਤਵਾਦੀਆਂ ਦੀ ਤਲਾਸ਼ ਹੈ। 4 ਖਾਲਿਸਤਾਨੀ ਅੱਤਵਾਦੀਆਂ ਦੀਆਂ ਫੋਟੋਆਂ ਜਾਰੀ ਕੀਤੀਆਂ ਗਈਆਂ ਨੇ। ਰਾਜਧਾਨੀ ਦੇ ਵਿੱਚ ਥਾਂ ਥਾਂ 'ਤੇ ਪੋਸਟਰ ਲਗਾਏ ਗਏ ਨੇ, ਮੈਟਰੋ ਸਟੇਸ਼ਨਾਂ 'ਤੇ ਵੀ ਇਹ ਪੋਸਟਰ ਲਗਾਏ ਗਏ ਨੇ। ਬਦਵਾ ਸਿੰਘ ਬੱਬਰ, ਪੁਰਸ਼ੋਤਮ ਸਿੰਘ ਪੰਮਾ, ਗੁਰਮੇਰ ਸਿੰਘ ਬੱਗਾ ਅਤੇ ਭੁਪਿੰਦਰ ਸਿੰਘ ਪਿੰਡਾ ਦੀ ਤਲਾਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ। 26 ਜਨਵਰੀ ਨੂੰ ਲੈ ਕੇ ਅਲਰਟ 'ਤੇ ਦਰਅਸਲ ਪੁਲਿਸ ਪੂਰੇ ਦਿੱਲੀ ਦੇ ਵਿੱਚ ਇਸ ਨੂੰ ਲੈ ਕੇ ਸੁਰੱਖਿਆ ਦੇ ਵਿੱਚ ਵੀ ਵਾਧਾ ਕੀਤਾ ਗਿਆ ਅਤੇ ਜਗ੍ਹਾ ਜਗ੍ਹਾ 'ਤੇ ਜਿਹੜੇ ਕਿ ਪੋਸਟਰ ਚਿਪਕਾਏ ਗਏ ਨੇ ਉਹ ਵੀ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ। ਦਰਅਸਲ ਦਿੱਲੀ ਪੁਲਿਸ ਨੂੰ ਖਾਲਿਸਤਾਨੀ ਅੱਤਵਾਦੀਆਂ ਦੀ ਲਗਾਤਾਰ ਤਲਾਸ਼ ਹੈ। 4 ਖਾਲਿਸਤਾਨੀ ਅੱਤਵਾਦੀਆਂ ਦੀਆਂ ਫੋਟੋਆਂ ਜੋ ਕਿ ਜਾਰੀ ਕੀਤੀਆਂ ਗਈਆਂ ਨੇ, ਅਲੱਗ ਅਲੱਗ ਜਗ੍ਹਾਵਾਂ 'ਤੇ ਮੈਟਰੋ ਸਟੇਸ਼ਨਾਂ 'ਤੇ ਅਜਿਹੇ ਪੋਸਟਰ ਲਗਾਏ ਗਏ ਨੇ। 4 ਅੱਤਵਾਦੀਆਂ ਦੀ ਦਹਿਸ਼ਤਗਰਦੀਆਂ ਦੇ ਗਰਦਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ
ਜੋ ਨਾਮ ਨੇ ਵਧਵਾ ਸਿੰਘ ਬੱਬਰ, ਪੁਰਸ਼ੋਤਮ ਸਿੰਘ ਪੰਮਾ, ਗੁਰਮੀਤ ਸਿੰਘ ਬੱਗਾ ਅਤੇ ਭੁਪਿੰਦਰ ਸਿੰਘ ਭਿੰਦਾ, ਜਿਸ ਦੀ ਕਿ ਲਗਾਤਾਰ ਦਿੱਲੀ ਪੁਲਿਸ ਨੂੰ ਤਲਾਸ਼ ਹੈ।